ਕੁਦਸੀਆ ਰਮਾਂਤਈ ਕਹਾਣੀ ਹੈ ਸਫਰ ਬਿਲਕੁਲ ਸਾਦਾ ਜਿਹਾ ਕਮਰਾ ਸੀ ਡਬਲ ਬੈੱਡ ਦੀ ਵੱਟਾਂ ਤੋਂ ਬੇਕਿਆਜ਼ ਕਰੀਮ ਕਲਰ ਦੀ ਚਾਦਰ ਤੇ ਕਿਤੇ ਕਿਤੇ ਹਰੇ ਰੰਗ ਦੇ ਛੋਟੇ ਛੋਟੇ ਪੱਤੇ ਬਣੇ ਹੋਏ ਸੀ ਪਲੰਗ ਤੋਂ ਜ਼ਰਾ ਹਟਵੀਂ ਸਾਦਾ ਜੀ ਡਰੈਸਿੰਗ ਟੇਬਲ ਪਈ ਸੀ ਜਿਸ ਤੇ ਇੱਕ ਕੰਗਾ ਇੱਕ ਮਰਦਾਨਾ ਖੁਸ਼ਬੂ ਦੀ ਅੱਧੀ ਵਰਤੀ ਹੋਈ ਬੋਤਲ ਪਈ ਸੀ ਪਲੰਗ ਦੇ ਬਿਲਕੁਲ ਸਾਹਮਣੇ ਪੈਂਦਾਂ ਵੱਲ ਛੋਟਾ ਸਾਈਜ਼ ਦਾ ਸੋਫਾ ਸਟ ਸੈਟ ਪਿਆ ਸੀ ਇਹਦੇ ਸਾਹਮਣੇ ਪਈ ਮੇਜ਼ ਦੇ ਇੱਕ ਫੁੱਲਦਾਨ ਚ ਤਿੰਨ ਚਾਰ ਫੁੱਲ ਤੇ ਬਿਨਾ ਫੁੱਲਾਂ ਤੋਂ ਹਰੇ ਪੱਤਿਆਂ ਵਾਲੀਆਂ ਟਹਿਣੀਆਂ ਠੋਸੀਆਂ ਸਨ ਕਮਰੇ ਦੀਆਂ ਕੰਧਾਂ ਨੀਲੀਆਂ ਦਰੀ ਹਰੀ ਫਿਰੋਜ਼ੀ ਫੁੱਲਾਂ ਵਾਲੀ ਤੇ ਪਰਦੇ ਬਿਲਕੁਲ ਕਰੀਮ ਕਲਰ ਦੇ ਸਨ ਇਹ ਕਮਰਾ ਜਿਹਾ ਸੋਨ ਵਾਲਾ ਕਮਰਾ ਸੀ ਜਿਹੜਾ ਕਿਸੇ ਤਰ੍ਹਾਂ ਵੀ ਉੱਚੀ ਪੱਦਰ ਦਾ ਨਹੀਂ ਲੱਗਦਾ ਸੀ ਤੇ ਉਹ ਲਾਲ ਰੰਗ ਦੇ ਚਮਕੀਲੇ ਕੱਪੜਿਆਂ ਚ ਸਜੇ ਉਸ ਪਲੰਗ ਦੇ ਕੋਨੇ ਤੇ ਸਿਮਟ ਕੇ ਬੈਠੀ ਕਮਰੇ ਦੀ ਇੱਕ ਇੱਕ ਚੀਜ਼ ਦਾ ਬੜੇ ਧਿਆਨ ਨਾਲ ਜਾਇਜ਼ਾ ਲੈ ਰਹੀ ਸੀ। ਦਿਲ ਵਿੱਚ ਇੱਕ ਅਫਸੋਸ ਜਿਹਾ ਸੀ ਕਿੱਡਾ ਚੰਗਾ ਹੁੰਦਾ ਇੱਕ ਕਮਰਾ ਉਦਾਂ ਹੀ ਸਜਿਆ-ਸਜਾਇਆ ਹੁੰਦਾ ਜਿਦਾਂ ਉਹਨੇ ਆਮ ਤੌਰ ਤੇ ਫਿਲਮਾਂ 'ਚ ਵੇਖਿਆ ਸੀ। ਫੁੱਲ ਕਲੀਆਂ ਮਹਿਕ, ਖੁਸ਼ਬੂਆਂ 'ਚ ਭਿੱਜਿਆ ਮਹਿਕਿਆ ਮਹਿਕਿਆ ਕਮਰਾ। ਪਰ ਇਸ ਕਮਰੇ 'ਚ ਕਿੰਨਾ ਚਾਂਦ ਸੀ। ਉਹਨੇ ਅੰਗੜਾਈ ਲੈਣ ਲਈ ਹੱਥੋਂ ਤਾਂ ਚੁੱਕ ਕੇ ਇੱਧਰ-ਉੱਧਰ ਵੇਖਿਆ ਤੇ ਨਜ਼ਰਾਂ ਜਿਵੇਂ ਦਰਵਾਜ਼ੇ ਤੇ ਜੰਮ ਗਈਆਂ। ਚੰ 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 ਹੌਲੀ ਜੀ ਨਾਲ ਬਾਹਰ ਥੱਲੇ ਕਰਨ ਤੇ ਚੂੜੀਆਂ ਹੌਲੀ ਹੌਲੀ ਆਪਣੀ ਥਾਂ ਤੇ ਆਉਣ ਲੱਗੀਆਂ ਅੰਦਰ ਵੜਨ ਵਾਲੇ ਦਰਵਾਜ਼ੇ ਦਾ ਪਰਦਾ ਜਿਹੜਾ ਪਹਿਲਾਂ ਬਰਾਬਰ ਸੀ ਹੁਣ ਇਸ ਵਿੱਚੋਂ ਦੋ 마ਸੂਮ ਹੈਰਾਨ ਹੈਰਾਨ ਅੱਖਾਂ ਵੇਖ ਰਹੀਆਂ ਸਨ ਦੋਨਾਂ ਹੱਥਾਂ ਨਾਲ ਪਰਦਿਆਂ ਦੇ ਪੱਟ ਫੜ ਕੇ ਉਹਨੇ ਥੋੜਾ ਜਿਹਾ ਸਿਰ ਕੱਢਿਆ ਹੋਇਆ ਸੀ ਇਹਨਾਂ ਹੈਰਾਨ ਅੱਖਾਂ ਠਿਕਾਜੀ ਜਿਹਾ ਅਹਿਸਾਸ ਦਿਖਾਈ ਦਿੰਦਾ ਸੀ ਕੁਝ ਡਰ ਕੁਝ ਸਹਿਮ ਉਹਨੂੰ ਇਹਨਾਂ ਉਹ ਸ਼ੌਕ ਤੇ ਨਜ਼ਰ ਨਹੀਂ ਆਇਆ ਜਿਹੜਾ ਬੱਚਿਆਂ ਦੀਆਂ ਅੱਖਾਂ 'ਚ ਵੋਟੀ ਵੇਖ ਕੇ ਪੈਦਾ ਹੁੰਦਾ ਹੈ। ਇੱਧਰ ਆਓ। ਉਹਨੇ ਹਲੀਜੀ ਬੁਲਾਇਆ। ਪਰ ਉਹ ਚਿਹਰਾ ਹੱਥ ਤੇ ਹੈਰਾਨ ਅੱਖਾਂ ਇੱਕਦਮ ਗਾਇਬ ਹੋ ਗਈਆਂ। ਉਹਨੂੰ ਡਰ ਲੱਗਣ ਲੱਗਾ ਕਿ ਉਹ ਸੱਚਮੁੱਚ ਦੀ ਬੱਜੀ ਸੀ ਜਾਂ ਜਾਂ ਕੋਈ ਅਜੀਬ ਯਾ ਅੱਲਾ ਕੋਈ ਆ ਜਾਏ। ਡਰ ਦੇ ਮਾਰੇ ਉਹਨੇ ਸੋਚਿਆ ਤੇ ਅਚਾਨਕ ਬਾਹਰ ਭਾਰੀ ਕਦਮਾਂ ਦੀ ਆਵਾਜ਼ ਸੁਣੀ। ਸ਼ਾਇਦ ਸਲਮਾਨ ਆ ਗਈ। ਉਹਨੇ ਛੇਤੀ ਨਾਲ ਦੁਪੱਟਾ ਠੀਕ ਕੀਤਾ, ਸਿਮਟ ਕੇ ਬਹਿ ਗਈ। ਸਲਮਾਨ ਨੂੰ ਉਹਨੇ ਪਹਿਲਾਂ ਕਦੀ ਨਹੀਂ ਵੇਖਿਆ ਸੀ ਤੇ ਨਾ ਹੀ ਉਹਨਾਂ ਦੇ ਬਾਰੇ ਉਹ ਕੁਝ ਜਾਣਦੀ ਸੀ। ਕੇਵਲ ਇਨਾ ਕਿ ਉਹਨਾਂ ਦੀ ਬੀਬੀ ਕੁਝ ਦਿਨ ਪਹਿਲਾਂ ਥੋੜੀ ਜੀ ਬਿਮਾਰੀ ਪਿੱਛੋਂ ਚਲਵਸੀ ਸੀ ਤੇ ਹੁਣ ਲੋਕਾਂ ਦੇ ਕਹਿਣ ਸੁਣਨਦੇ ਦੂਜੀ ਸ਼ਾਦੀ ਕੀਤੀ ਸੀ। ਬਸ ਇਸ ਤੋਂ ਇਲਾਵਾ ਕੁਝ ਨਹੀਂ। ਤੇ ਫੇਰ ਉਹਨੂੰ ਦੱਸਣ ਵਾਲਾ ਵੀ ਸੀ ਵੀ ਕੌਣ? ਸਤੇਲੀ ماں, ਸਤੇਲੀਆਂ ਪਹਿਣਾ। ਕੇਵਲ ਫਰਜ਼ ਨਿਭਾਉਂਦਾ ਹੋਇਆ ਪਿਓ ਉਹ ਕੋਈ 6-7 ਵਰਿਆਂ ਦੀ ਸੀ ਜਦੋਂ ਦੀ ਮੰਮੀ ਮਰ ਗਈ ਤੇ 6 ਮਹੀਨਿਆਂ ਪਿੱਛੋਂ ਪਿਓ ਨੇ ਸ਼ਾਦੀ ਕਰ ਲਈ ਸੀ ਕਿ ਛੋਟੀ ਜੀ ਬੱਚੀ ਮਾਂ ਤੋਂ ਬਿਨਾਂ ਕਿਦਾਂ ਜੀਏਗੀ ਉਂਝ ਇੱਕ ਔਰਤ ਸਤੇਲੀ ਮਾਂ ਬਣਾ ਕੇ ਉਸ ਉੱਤੇ ਬਿਠਾ ਦਿੱਤੀ ਗਈ ਵੇਖਣ ਨੂੰ ਉਹ ਔਰਤ ਬੜੀ ਨਰਮ ਮਿਜ਼ਾਜ ਤੇ ਖੁਸ਼ ਦਿਖਦੀ ਸੀ ਬੜੇ ਚਾਰ ਨਾਲ ਉਸ ਵੱਲ ਵਧੀ ਪਿਤਾ ਦੀ ਹਾਜ਼ਰੀ ਚ ਉਹਨੂੰ ਉਹਨੇ ਗੱਲ ਨਾਲ ਲਾਇਆ ਪਰ ਬਾਵਾਵਾਂ ਦੇ ਦਬਾਅ 'ਚ ਮੁਹੱਬਤ ਨਹੀਂ ਕੁਰਖਤਗੀ ਸੀ ਉਹ ਬਹੁਤ ਧੀਰ ਇਹਨਾਂ ਬਾਵਾਵਾਂ ਦੀ ਪਕੜ ਵਿੱਚ ਨਾ ਰਹਿ ਸਕੇ ਮੁੰਨੀ ਇੱਧਰ ਆ ਉਹ ਸਕੂਲ ਜਾਣ ਲਈ ਤਿਆਰ ਸੀ ਕਿ ਆਵਾਜ਼ ਆਈ ਜੀ ਬਰਤਨ ਉਠਾਓ ਤੇ ਮੇਜ਼ ਉੱਤੇ ਚੰਗੀ ਤਰ੍ਹਾਂ ਕੱਪੜਾ ਮਾਰ ਕੇ ਸਾਫ਼ ਕਰੋ ਮੈਂ ਤਾਂ ਸਕੂਲ ਜਾ ਰਹੀ ਆ ਮੀ ਲੜਕੀਆਂ ਲਈ ਪੜ੍ਹਾਈ ਤੋਂ ਵੱਧ ਘਰ ਦਾ ਕੰਮਕਾਜ ਜ਼ਰੂਰੀ ਹੁੰਦਾ ਓ ਸਿੱਖ ਅੱਜ ਤੋਂ ਸਕੂਲ ਖਤਮ ਉਹ ਮੋٹے ਮੋٹے ਅਥਰੂਪ ਕੰਤ ਲਈ ਭਾਂਡੇ ਚੁੱਕ ਕੇ ਰਸੋਈ ਚ ਲੈ ਗਈ ਤੇ ਮੇਜ਼ ਸਾਫ਼ ਕੀਤੀ ਹੋ ਗਈ ਸਾਫ਼ ਮੇਜ਼ ਅਮੀ ਫੇਰ ਆ ਗਈ ਚਲੋ ਹੁਣ ਸਾਰੇ ਘਰ ਨੂੰ ਝਾੜ ਪੂੰਝ ਕੇ ਸਾਫ਼ ਕਰੋ ਜਮਾਦਾਰਨੀ ਦੇ ਆਉਣ ਤੋਂ ਪਹਿਲਾਂ ਹਰ ਚੀਜ਼ ਆਪਣੀ ਥਾਂ ਤੇ ਆ ਜਾਏ ਤਾਂ ਠੀਕ ਰਹਿੰਦਾ ਤੇ ਸੁਣ ਮੈਂ ਰੋਜ਼ ਰੋਜ਼ ਇੱਕੋ ਹੀ ਗੱਲ ਕਹੀ ਜਾਣਾ ਚੰਗਾ ਨਹੀਂ ਸਮਝੀ ਦੀ ਇਹ ਹੁਣ ਤੇਰਾ ਕੰਮ ਹੈ ਉਹ ਭੁੱਖੀ ਪਿਆਸੀ ਦੁਪਹਿਰ ਤੱਕ ਵੱਖ-ਵੱਖ ਕੰਮਾਂ 'ਚ ਲੱਗੀ ਰਹੀ ਦੁਪਹਿਰ ਵੇਲੇ ਵੀ ਰਸੋਈਆ ਗਰਮ-ਗਰਮ ਰੋਟੀ ਪਕਾਉਂਦਾ ਰਿਹਾ ਤੇ ਉਹ ਦੂਜਿਆਂ ਤੱਕ ਪਹੁੰਚਾਉਂਦੀ ਰਹੀ। ਖਾਣਾ ਖਾ ਚੁੱਕੇ ਤਾਂ ਨਵੀਂ ਅੰਮੀ ਨੇ ਇੱਕ ਪਲੇਟ 'ਚ ਥੋੜੇ ਜਿਏ ਸਲੂਨੇ ਨਾਲ ਇੱਕ ਰੋਟੀ ਉਹਨੂੰ ਪਕੜਾ ਦਿੱਤੀ। ਉਹਨੇ ਕੱਖ ਭਰ ਕੇ ਪਿਓ ਵੱਲ ਵੇਖਿਆ। ਉਹ ਹਰ ਗੱਲ ਤੋਂ ਬੇਪਰਵਾਹ ਅੱਜ ਦੀ ਅਖਬਾਰ ਪੜ੍ਹਨ 'ਚ ਰੁੱਝਿਆ ਸੀ। ਉਹਨੂੰ ਸਾਹਮਣੇ ਖੜਾ ਵੇਖ ਕੇ ਚੌਂਕੇ। "ਮੇਰੀ ਬੇਟੀ ਨੇ ਖਾਣਾ ਨਹੀਂ ਖਾਦਾ।" "ਅਰੇ ਨਿੱਕੀ ਜੀ ਜਾਨ, ਇੰਨੀ ਦੇਰ ਤੱਕ ਕਿਦਾਂ ਭੁੱਖੀ ਰਹਿ ਸਕਦੀ ਹੈ ਭਲਾ? ਮੈਂ ਤਾਂ ਰੋਜ਼ਾਨਾ ਹੀ 12 ਵਜੇ ਖਾਣਾ ਖਵਾ ਦਿੰਨੀ ਆ।" ਚੱਲ ਜਾ मुन्नी ਹੁਣ ਤੂੰ ਸੌਂ ਜਾ ਸ਼ਾਮ ਵੇਲੇ ਖੇਡਣਾ मुन्नी ਇਹ ਸਭ ਸੁਣ ਕੇ ਸੁੰਨ ਹੋ ਗਈ ਤੇ ਅੱਬਾ ਜਾਨ ਪਿਆਰ ਭਰੀਆਂ ਨਜ਼ਰਾਂ ਨਾਲ ਆਪਣੀ ਨਵੀਂ ਬੇਗਮ ਨੂੰ ਵੇਖਣ ਲੱਗੇ ਇਸ ਤਰ੍ਹਾਂ ਉਹਦਾ ਬਚਪਨ ਬਰਤਨਾ ਤੇ ਰਸੋਈ ਘਰ ਦੇ ਵਿੱਚ ਕਾਰ ਕਿਤੇ ਗਵਾਚ ਗਿਆ ਅੰਮੀ ਉੱਤੋਂ ਦਿੱਤੀ ਦੋ ਬੇਟੀਆਂ ਦੀ ਮਾਂ ਬਣ ਗਈ ਤੇ ਜਦ ਗੁੱਡੀ ਦੇ ਸਕੂਲ ਜਾਣ ਦੇ ਦਿਨ ਆਏ ਤਾਂ ਅੱਬਾ ਜਾਨ ਨੂੰ ਖਿਆਲ ਆਇਆ ਭਈ मुन्नी ਤੂੰ ਕਿੰਨੀ கிਲਾਸ 'ਚ ਹੈ ਕਿੰਨਾ ਭੋਲਾ ਹੈ ਮੇਰਾ ਪਿਓ ਮੈਂ ਉਹ ਕੁਝ ਬੋਲਣੀ ਲੱਗੀ ਸੀ ਕਿ ਅੰਮੀ ਵਿੱਚੇ ਬੋਲ ਪਈ। ਅਰੇ ਲੜਕੀਆਂ ਲਈ ਬਸ ਇੰਨੀ ਵਿਦਿਆ ਹੀ ਬਥੇਰੀ ਹੁੰਦੀ ਐ ਕਿ ਥੋੜਾ ਬਹੁਤ ਪੜ੍ਹ ਲੈਣ, ਨਾਂ ਲਿਖ ਲੈਣ ਆਪਦਾ। ਸੋ ਮੁੰਨੇ ਨੂੰ ਇਹ ਥੋੜਾ ਬਹੁਤ ਆਉਂਦਾ ਹੀ ਐ। ਅਸਲ ਚੀਜ਼ ਤਾਂ ਘਰਦਾਰੀ ਐ ਜਿਹੜੀ ਅੱਗੇ ਚੱਲ ਕੇ ਲੜਕੀਆਂ ਦੇ ਕੰਮ ਆਉਂਦੀ ਐ। ਹੁਣ ਤੁਸੀਂ ਮੈਨੂੰ ਹੀ ਦੇਖੋ 12 ਜਮਾਤਾਂ ਭਲਾਂ ਕਿਸ ਕੰਮ ਆਈਆਂ। ਘਰਦਾਰੀ ਤੇ ਬੱਚਿਆਂ 'ਚ ਸਭ ਕੁਝ ਗੋਲੀ ਹੋ ਕੇ ਰਹਿ ਗਿਆ। ਹਾਂ ਇਹ ਠੀਕ ਐ। ਠੀਕ ਸੋਚਿਆ ਤੂੰ। ਵਾਕੀ ਤੁ ਸਿਆਣੀ ਤੀਵੀ ਹੈ ਅੰਮੀ ਦੀ ਲੰਮੀ ਤਕਰੀਰ ਦੇ ਜਵਾਬ ਚ ਅੱਬਾ ਜਾਨ ਨੇ ਉਹਨੂੰ ਸਿਆਣਪ ਦਾ ਤਮਗਾ ਦੇ ਦਿੱਤਾ ਉਹ ਸਿਰ ਸੁਟੀ ਅਥਰੂ ਪੀਂਦੀ ਰਹੀ ਤੇ ਗੁੱਡੀ ਤੇ ਛੋਟੀ ਉਮਰ ਦੀ ਮੰਜ਼ਲਾਂ ਦੇ ਨਾਲ-ਨਾਲ ਵਿਦਿਅਕ ਮੰਜ਼ਲਾਂ ਵੀ ਤੈਅ ਕਰਨ ਲੱਗੀ ਆ ਗੁੱਡੀ ਨੇ 10ਵੀਂ ਦਾ ਇਮਤਿਹਾਨ ਪਾਸ ਕੀਤਾ ਤਾਂ ਰਿਸ਼ਤੇ ਆ ਲਗੇ ਚੰਗੀ ਸੋਹਣੀ ਕੁੜੀ ਸੀ ਨਾਜ਼ ਨਖਰਾ ਵੀ ਕਮਾਲ ਦਾ ਸੀ ਉਸ ਰੋਜ਼ ਸ਼ਾਮ ਦੀ ਚਾਹ ਤੇ ਕੁਝ ਪੁਰਾਣੇ ਆਉਣੇ ਆਉਣ ਵਾਲੇ ਸਨ ਤੇ ਮੁੰਨੀ ਸਵੇਰ ਤੁਰ ਰਸੋਈ ਚ ਵੜੀ ਸ਼ਾਮ ਦੀ ਚਾਹ ਲਈ ਵਨ ਸੁਆਣੇ ਪਕਵਾਨ ਤਿਆਰ ਕਰ ਰਹੀ ਸੀ ਵੇਖਣਾ ਕਿਸੇ ਕਿਸਮ ਦੀ ਕਮੀ ਨਾ ਰਹਿ ਜਾਏ ਜ਼ਰਵੀ ਕਸਰ ਹੋਈ ਤਾਂ ਤੇਰੀ ਹੱਡੀ ਪਸਲੀ ਇਕ ਕਰ ਦੇਾਂਗੀ ਲੜਕਾ ਡਾਕਟਰ ਹੈ ਤੇ ਘਰਾਣਾ ਵੀ ਵੱਡਾ ਹੈ ਜ਼ਰਾ ਢੰਗ ਨਾਲ ਸਾਰਾ ਕੰਮ ਕਰਨਾ ਅੰਮੀ ਵਿੱਚੋਂ ਵਿੱਚੋਂ ਆ ਕੇ ਧਮਕਾ ਆ ਜਾਂਦੀ ਤੇ ਉਹ ਆਪਣਾ ਚੂਰ ਚੂਰ ਬਦਨ ਲਈ ਅਥਰੂ ਭਰੀਆਂ ਅੱਖਾਂ ਨਾਲ ਉਹਨਾਂ ਨੂੰ ਬਸ ਦੇਖ ਕੇ ਰਹਿ ਜਾਂਦੀ ਹੋਂ ਤੱਕ ਜਿੰਨੇ ਵੀ ਲੋਕ ਆਏ ਗੁੱਡੀ ਨੂੰ ਹੀ ਦੇਖਣ ਆਏ ਕਿ ਉਹਨੂੰ ਦੇਖਣ ਨੂੰ ਉਹਨੂੰ ਲੈਣ ਕੋਈ ਨਹੀਂ ਆਏਗਾ ਸੁਣਿਆ ਸੀ ਜੋੜੀਆਂ ਧੁਰੋਂ ਬਣਦੀਆਂ ਨੇ ਕਿ ਉਹ ਇਸ ਦੁਨੀਆ 'ਚ ਇਕੱਲੀ ਜੀਣ ਮਰਨ ਲਈ ਪੈਦਾ ਕਰ ਦਿੱਤੀ ਗਈ ਹੈ ਕਿ ਮਾਂ ਪਿਛਤੇ ਕਬਾਬ ਤਲਦਿਆਂ ਚਾਹ ਬਣਾਉਂਦਿਆਂ ਰਹਿ ਰਹਿ ਕੇ ਉਹਨੂੰ ਖਿਆਲ ਆਉਂਦਾ ਸੀ ਕਿੰਨਾ ਚੰਗਾ ਹੁੰਦਾ ਜੇ ਕਿ ਉਹਨੂੰ ਵੀ ਵੇਖਣ ਆਉਂਦਾ ਉਹ ਵੀ ਗੁੱਡੀ ਵਾਂਗ ਨਾ ਧੋਕੇ ਬਣ ਸਵਾਰ ਕੇ ਤਿਆਰ ਹੁੰਦੀ ਪਸੰਦ ਕਰ ਲਈ ਜਾਂਦੀ ਤੇ ਛਮਛਮ ਕਰਦੀ ਸੁੰਦਰ ਸੁਪਨਿਆਂ ਦੀ ਦੁਨੀਆ 'ਚ ਜਾ ਉਤਰਦੀ ਜਿੱਥੇ ਮੁਹੱਬਤ ਹੁੰਦੀ ਪਿਆਰ ਹੁੰਦਾ ਮਤਰੀ ਹੀ ਮਾਂ ਤੇ ਉਹਦੀਆਂ ਨਫ਼ਰਤ ਭਰੀਆਂ ਅੱਖਾਂ ਉਹਨੂੰ ਹਰ ਵੇਲੇ ਨਾ ਘੂਰਦੀਆਂ ਰਹਿੰਦੀਆਂ ਤੇ ਉਹ ਚੈਨ ਨਾਲ ਮਿਹਰਬਾਨ ਮੋਢੇ ਦੇ ਸਿਰ 'ਤੇ ਆਰਾਮ ਨਾਲ ਅੱਖਾਂ ਬੰਦ ਕਰ ਲੈਂਦੀ ਛੇਤੀ ਕਰ ਪ੍ਰਾਣੇ ਆ ਗਏ ਨੇ ਥੋੜੀ ਦੇਰ ਪਿਛੋਂ ਚਾਹ ਲੈ ਆਉਣਾ ਸੁਪਨਿਆਂ ਦਾ ਕੱਚ ਛੰਨ ਕਰਕੇ ਅੰਮੀ ਦੀ ਘੁਰਕਤ ਆਵਾਜ਼ ਦੇ ਪੱਥਰ ਨਾਲ ਚੂਰ-ਚੂਰ ਹੋ ਗਿਆ ਜੀ ਅੱਛਾ ਛੇਤੀ ਛੇਤੀ ਟਰਾਲੀ ਵਿੱਚ ਘਰ ਤੇ ਖਾਣ ਪੀਣ ਦਾ ਸਮਾਨ ਰੱਖ ਕੇ ਡਰਾਈੰਗ ਰੂਮ ਚ ਲੈ ਗਈ ਅਦਬ ਨਾਲ ਸਲਾਮ ਕਰਕੇ ਉਹਨੇ ਬੜੇ ਸਲੀਕੇ ਨਾਲ ਹਰੇਕ ਨੂੰ ਚਾਹ ਪੇਸ਼ ਕੀਤੀ ਗੁੱਡੀ ਗੁਲਾਬੀ ਸੂਟ ਚ ਸੋਫੇ ਤੇ ਬੈਠੀ ਸ਼ਰਮਾਉਣ ਦੀ ਕੋਸ਼ਿਸ਼ ਵਿੱਚ ਸੀ ਅਮੀਂ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਕੇ ਪਰੌਣਿਆਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿੱਚ ਸੀ ਜਦ ਤੱਕ ਇਹ ਮਨਹੂਸ ਦਫਾ ਨਹੀਂ ਹੋਏਗੀ ਮੇਰੀਆਂ ਬੱਚੀਆਂ ਦੇ ਹੱਥ ਪੀਲੇ ਨਹੀਂ ਹੋ ਸਕਦੇ ਮੁੰਨੀ ਦੇ ਕਦਮ ਰੁਕ ਗਏ ਸਤਮੁੱਚੀ ਇਹ ਗੱਲ ਉਹਦੇ ਬਾਰੇ ਕੀਤੀ ਜਾ ਰਹੀ ਸੀ ਭੈਣ ਤੂੰ ਵੀ ਤਾਂ ਕਮਾਲ ਕਰਦੀ ਐ ਭਲਾਏ ਨੂੰ ਸਾਹਮਣੇ ਬੁਲਾਉਂਦੀ ਕਿਉਂ ਐ ਬਰੌਣਿਆਂ ਦੇ ਬੁਰਾ ਤਾਂ ਤੈਨੂੰ ਲੱਗੇਗਾ ਪਰ ਸੱਚੀ ਗੱਲ ਐ ਕਿ ਇਹਦੇ ਸਾਹਮਣੇ ਗੁੱਡੀ ਦੀ ਸ਼ਕਲ ਬਿਲਕੁਲ ਦਬ ਜਾਂਦੀ ਐ ਇਹ ਗੁੱਡੀ ਦੀ ਭੂਆ ਸੀ ਚੰਗਾ ਚੰਗਾ ਬਕਵਾਸ ਬੰਦ ਕਰ ਅਮੀ ਤਿਲ ਮਿਲ ਆ ਉਠੀ ਇਹਨੂੰ ਤਾਂ ਰਸਤੇ ਚ ਹਟਾਉਂਦੀ ਆ ਮੈਂ ਦੋ ਦਿਨਾਂ ਚ ਇੰਨਾ ਚੰਗਾ ਰਿਸ਼ਤਾ ਹੱਥੋਂ ਨਿਕਲ ਗਿਆ ਇਹ ਵੀ ਕਹੀ ਯਾਦ ਕਰੂਗੀ ਅਜੈ ਤਾਂ ਸੁੱਟਾਂਗੀ ਸਾਰੀ ਦੁਨੀਆ ਦੀ ਨਫ਼ਰਤ ਅੰਮੀ ਦੇ ਬੋਲਾਂ ਚ ਭਰੀ ਪਈ ਸੀ ਤੇ ਫਿਰ ਉਹਨੂੰ ਪਤਾ ਵੀ ਨਾ ਚੱਲਿਆ ਕਿ ਅਠਾ ਦਿਨਾਂ ਦੇ ਅੰਦਰ ਅੰਦਰ ਉਹਦੀ ਸ਼ਾਦੀ ਤੈਅ ਹੋ ਗਈ। ਪਰ ਸਿੱਕ ਦਿਨ ਇੱਕ ਦਰਮਿਆਨੀ ਸ਼ਕਲ ਦੀ ਔਰਤ ਉਹਨੂੰ ਵੇਖਣ ਆਈ। ਅਗਲੇ ਹੀ ਦਿਨ ਵਿਆਹ ਦੀ ਤਾਰੀਖ ਨਿਯਤ ਹੋ ਗਈ ਤੇ ਉਹ ਖੁਸ਼ ਖਿਆਲਾਂ ਚ ਗਵਾਚ ਗਈ। ਇੱਕ ਆਜ਼ਾਦ ਨਗਰ ਚ ਇੱਕ ਮਰਦ ਦੀ ਮੁਹੱਬਤ ਦੀ ਉਹ ਕੱਲੀ ਹੱਕਦਾਰ ਹੋएगी। ਹੁਣ ਜੀ ਉਹਨੇ ਸੁਣਿਆ ਸੀ ਜਿਸ ਮਰਦ ਦੀ ਪਹਿਲੀ ਪਤਨੀ ਮਰ ਜਾਏ ਦੂਜੀ ਨਾਲ ਉਹ ਇਸ਼ਕ ਦੀ ਹੱਦ ਤੱਕ ਪਿਆਰ ਕਰਦਾ ਹੈ ਤੇ ਉਹ ਸਲਮਾਨ ਦੀ ਦੂਜੀ ਵੋਟੀ ਬਣ ਕੇ ਜਾ ਰਹੀ ਸੀ ਹੁਣ ਤੱਕ ਉਹਨੇ ਨਫ਼ਰਤ ਹੀ ਨਫ਼ਰਤ ਵੇਖੀ ਸੀ ਉਹ ਮੁਹੱਬਤ ਦਾ ਸਵਾਦ ਵੇਖਣਾ ਚਾਹੁੰਦੀ ਸੀ ਮੁਹੱਬਤ ਜਿਹੜੀ ਕੇਵਲ ਉਹਦੇ ਲਈ ਹੋਏਗੀ ਤੇ ਜਿਸ 'ਚ ਉਹਦਾ ਕੋਈ ਹਿੱਸੇਦਾਰ ਨਹੀਂ ਹੋਏਗਾ ਆਓ ਆਓ ਡਰੋ ਨਹੀਂ ਸਲਮਾਨ ਦੀ ਨਰਮ ਤੇ ਪਿਆਰ ਭਰੀ ਆਵਾਜ਼ ਉਹਨੂੰ ਫੇਰ ਪਛੋਕੜ ਤੋਂ ਹੁਣ ਦੀ ਦੁਨੀਆ 'ਚ ਲੈ ਆਈ ਉਹ ਚੌਂਕ ਪਈ ਤੇ ਉਹਨੂੰ ਅਹਿਸਾਸ ਹੋਇਆ ਕਿ ਉਹ ਕਿੱਥੇ ਤੇ ਕਿਹਨਾ ਹਾਲਤਾਂ 'ਚ ਬੈਠੀ ਐ। ਨਜ਼ਮਾ ਸਲਮਾਨ ਨੇ ਹੌਲੀ ਜਿਹਾ ਬੁਲਾਇਆ। ਰੌਣ ਮਾਈਂ 'ਚ ਇਸ ਤੋਂ ਚੰਗੇਰਾ ਤੋਹਫਾ ਤੈਨੂੰ ਦੇਣ ਲਈ ਮੇਰੇ ਕੋਲ ਹੋਰ ਕੋਈ ਨਹੀਂ ਐ। ਕੁੰਡ ਚੁੱਕਦੀ ਛੇਵਰਿਆਂ ਦੀ ਇੱਕ ਬੱਚੀ ਉਹਦੇ ਸਾਹਮਣੇ ਕਰ ਦਿੱਤੀ। ਤੂੰ ਇਸ ਨਾਲ ਮੁਹੱਬਤ ਕਰੇਂਗੀ ਤਾਂ ਤੇਰੀ ਮੁਹੱਬਤ ਤੇਰੇ ਲਈ ਹੀ ਰਹੇਗੀ। ਉਹ ਬੋਲੀ ਜਾ ਰਿਹਾ ਸੀ। ਗੁੱਡੀ ਇਹ ਤੇਰੀ ਅੰਮੀ ਐ ਬੇਟੇ। ਇਹ ਤੈਨੂੰ ਪਿਆਰ ਕਰੇਗੀ। ਤੇਰਾ ਖਿਆਲ ਰੱਖੇਗੀ ਹਾਂ ਹਾਂ ਡਰਨਾ ਉਹਨੇ ਬੱਚੀ ਦਾ ਹੱਥ ਫੜ ਕੇ ਉਹਦੇ ਲਾਗੇ ਕਰ ਦਿੱਤਾ ਉਹਨੇ ਇੱਕ ਨਜ਼ਰ ਸਲਮਾਨ ਵੱਲ ਵੇਖਿਆ ਤੇ ਬੱਚੀ ਨੂੰ ਬਾਹਾਂ ਵਿੱਚ ਭਰ ਕੇ ਛਾਤੀ ਨਾਲ ਲਾ ਲਿਆ ਇਹਨਾਂ ਬਾਹਾਂ ਦੀ ਮੁਹੱਬਤ ਨਹੀਂ ਕੁਰਖਤਗੀ ਸੀ ਇਹਨਾਂ ਬਾਹਾਂ ਵਿੱਚ ਮੁਹੱਬਤ ਨਹੀਂ ਕੁਰਖਤਗੀ ਸੀ ਛਮ ਛਮ ਵਗਦੇ ਅਥਰੂਆਂ ਵਿੱਚ ਸਲਮਾਨ ਦੀ ਮੁਹੱਬਤ ਦੀ ਖਾਹਿਸ਼ ਵਗ ਗਈ ਤੇ ਬੱਚੀ ਦੀ ਨਫ਼ਰਤ ਦਾ ਗੁਬਾਰ ਹਰ ਬੰਨੇ ਫੈਲ ਗਿਆ ਉਨੇ ਬੱਚੀ ਨੂੰ ਘੁੱਟ ਕੇ سینے ਨਾਲ ਲਾਇਆ ਤਉਨੂੰ ਅਹਿਸਾਸ ਹੋਇਆ ਕਿ ਮਤਰੀਪੰ ਦਾ ਕਾਤਿਲ ਜ਼ਹਿਰ ਤੁਪਕਾ ਤੁਪਕਾ ਕਰਕੇ ਅਗਲੀ نسل ਚ ਤਬਦੀਲ ਹੁੰਦਾ ਜਾ ਰਿਹਾ ਹੈ ਧੰਨਵਾਦ